ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨੌਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਨਾਟੋ ਦੀ 70ਵੀਂ ਵਰ੍ਹੇਗੰਢ 'ਤੇ ਆਯੋਜਿਤ ਦੋ ਦਿਨਾਂ ਸਿਖਰ ਸੰਮੇਲਨ ਵਿੱਚ ਗੱਲ ਇਕਜੁੱਟਤਾ ਦੀ ਹੋਈ, ਪਰ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੇ ਆਲਾ ਨੇਤਾਵਾਂ ਦਾ ਤਾਲਮੇਲ ਸਵਾਲਾਂ ਦੇ ਘੇਰੇ ਵਿੱਚ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਇਰਲ ਹੋਈ ਇੱਕ ਵੀਡੀਓ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਥਿਤ ਮਜ਼ਾਕ ਰਾਸ ਨਾ ਆਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦੁਨੀਆ ਦੇ ਹੋਰ ਨੇਤਾ ਉਹਨਾਂ ਦਾ ਮਜ਼ਾਕ ਉਡਾ ਰਹੇ ਸਨ। ਟਰੰਪ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਟਰੂਡੋ ਨੂੰ ਟੂ ਫੇਸਡ ਭਾਵ ਕਿ ਦੋਗਲਾ ਕਿਹਾ ਜਾ ਸਕਦਾ ਹੈ। ਹਾਲਾਂਕਿ ਨਾਲ ਹੀ ਉਹਨਾਂ ਨੇ ਟਰੂਡੋ ਨੂੰ ਇੱਕ ਚੰਗਾ ਵਿਅਕਤੀ ਵੀ ਕਹਿ ਦਿੱਤਾ। ਟਰੰਪ ਨੇ ਇਹ ਵੀ ਕਿਹਾ ਕਿ ਪਰ ਸੱਚ ਇਹ ਹੈ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹ 2% ਵੀ ਨਹੀਂ ਅਦਾ ਕਰ ਰਹੇ। ਮੈਨੂੰ ਲੱਗਦਾ ਹੈ ਕਿ ਇਸ ਤੋਂ ਹੀ ਨਾ ਖੁਸ਼ ਸਨ। ਦਰਅਸਲ ਨਾਟੋ ਦੀ ਬੈਠਕ ਵਿੱਚ VIP ਰਿਸੈਪਸ਼ਨ ਦੌਰਾਨ ਇੱਕ ਗੱਲਬਾਤ ਦੀ ਵੀਡੀਓ ਵਾਇਰਲ ਹੋਈ, ਜਿਸ ਵਿੱਚ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚਰਚਾ ਕਰ ਰਹੇ ਸਨ। ਹਾਲਾਂਕਿ ਇਸ ਕਲਿੱਪ ਵਿੱਚ ਕਿਸੇ ਨੇ ਵੀ ਟਰੰਪ ਦਾ ਨਾਂ ਨਹੀਂ ਲਿਆ, ਪਰ ਜਿਨ੍ਹਾਂ ਗੱਲਾਂ ਦੀ ਚਰਚਾ ਕਰ ਰਹੇ ਸਨ ਉਹਨਾਂ ਨੂੰ ਟਰੰਪ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ। ਜ਼ਿਆਦਾ ਸਮੇਂ ਤੱਕ ਪੱਤਰਕਾਰ ਸੰਮੇਲਨ ਕਰਨ ਨੂੰ ਲੈ ਕੇ ਕਈ ਦੇਸ਼ਾਂ ਦੇ ਨੇਤਾ ਇੱਕ ਵੀਡੀਓ ਵਿੱਚ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਦੇਖੇ ਗਏ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਟਰੰਪ ਨੇ ਮਜ਼ਾਕੀਆ ਟਿੱਪਣੀ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਉਹਨਾਂ ਨੂੰ ਦੋਗਲਾ ਕਰਾਰ ਦੇ ਦਿੱਤਾ ਅਤੇ ਪ੍ਰੈਸ ਵਾਰਤਾ ਨੂੰ ਵੀ ਰੱਦ ਕਰ ਦਿੱਤਾ। ਡੈਮੋਕ੍ਰੈਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸਦਨ ਦੀ ਨਿਆਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੀ ਮਹਾਂਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ ਟਰੰਪ ਨੂੰ ਆਪਣੇ ਨਿੱਜੀ ਅਤੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਦੇ ਹਿੱਤ ਦੇ ਨਾਲ ਸਮਝੌਤਾ ਕਰਨ ਅਤੇ ਆਪਣੇ ਦਫ਼ਤਰ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਪੱਖ ਵਿੱਚ ਵਿਦੇਸ਼ੀ ਮਦਦ ਮੰਗਣ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਦੂਜੇ ਪਾਸੇ ਵਾਈਟ ਹਾਊਸ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਆਲੋਚਨਾ ਕਰਦਿਆਂ ਇਸ ਨੂੰ ਇੱਕ ਪਾਸੜ ਝੂਠੀ ਕਾਰਵਾਈ ਕਰਾਰ ਦਿੱਤਾ ਹੈ। ਨਿਆਇਕ ਕਮੇਟੀ ਦੀ 300 ਸਫ਼ਿਆਂ ਵਾਲੀ ਲੰਮੀ ਮਹਾਂਦੋਸ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਯੂਕਰੇਨ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ ਉਹਨਾਂ ਦੇ ਬੇਟਿਆਂ ਨਾਲ ਸੰਬੰਧਿਤ ਕੰਪਨੀਆਂ ਵਿਰੁੱਧ ਆਪਣੇ ਜਾਂਚ ਸ਼ੁਰੂ ਕਰਨ ਦਾ ਐਲਾਨ ਕਰਨ ਲਈ ਆਕਰਸ਼ਕ ਪ੍ਰਸਤਾਵ ਦਿੱਤੇ ਸਨ। ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਾਉਣ ਦੀ ਮੁਹਿੰਮ ਵਿੱਚ ਇਸ ਮਦਦ ਦੇ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲਟਰੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਸੀ। ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਿੱਚ ਫੋਨ 'ਤੇ ਵਾਰਤਾ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿੱਚ ਬੀਤੇ ਦਿਨੀ ਭਾਰਤੀ ਮੂਲ ਦੇ ਨੌਜਵਾਨ 21 ਸਾਲਾ ਵਰੁਣ ਨੰਦ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਬੁਲਾਰੇ ਸਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਉਹਨਾਂ ਨੂੰ ਸਰੀ ਦੇ ਬੁਲੇਵੇਅਰ ਹਾਈਟਸ ਇਲਾਕੇ ਦੇ ਵਿੱਚ 13,600 ਬਲਾਕ 'ਤੇ 114 ਐਵੀਨਿਊ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਉਹਨਾਂ ਨੂੰ ਵਰੁਣ ਦੀ ਗੋਲੀਆਂ ਨਾਲ ਵਿੰਨੀ ਹੋਈ ਲਾਸ਼ ਮਿਲੀ। ਉਸ ਦੇ ਨੇੜੇ ਹੀ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਮਗਰੋਂ ਉਸ ਵਿਅਕਤੀ ਦੀ ਹਾਲਤ ਸਥਿਰ ਹੈ। ਪੁਲਿਸ ਨੇ ਜ਼ਖਮੀ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਸਰਜੈਂਟ ਫਰੈਂਕ ਜੈਂਗ ਨੇ ਵਰਨ ਨੰਦ ਦੇ ਨਜ਼ਦੀਕੀ ਦੋਸਤਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਰਨ ਦੀ ਹੱਤਿਆ ਕਿਉਂ ਕੀਤੀ ਗਈ। ਜਾਣਕਾਰੀ ਮੁਤਾਬਕ ਸਰੀ ਵਿੱਚ ਇਸ ਸਾਲ ਦੀ ਇਹ 18ਵੀਂ ਹੱਤਿਆ ਹੈ। ਅਮਰੀਕੀ ਹਵਾਈ ਖੇਤਰ ਸਥਿਤ ਮਿਲਟਰੀ ਬੇਸ ਪਰਲ ਹਾਰਬਰ ਵਿੱਚ ਅਚਾਨਕ ਹੋਈ ਗੋਲੀਬਾਰੀ ਦੌਰਾਨ ਭਾਰਤੀ ਹਵਾਈ ਫੌਜ ਮੁਖੀ RKS ਭਦੌਰੀਆ ਵਾਲ ਵਾਲ ਬਚੇ। ਇਸ ਘਟਨਾ ਸਮੇਂ ਭਾਰਤੀ ਹਵਾਈ ਫੌਜ ਮੁਖੀ ਆਪਣੀ ਟੀਮ ਨਾਲ ਇਸ ਬੇਸ 'ਤੇ ਹੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਿਪਯਾਰਡ ਉੱਤੇ ਤੈਨਾਤ ਇੱਕ ਗਨਮੈਨ ਨੇ ਅਚਾਨਕ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੇ ਕਾਰਨ 2 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇੱਕ ਹੋਰ ਜ਼ਖਮੀ ਹੋਇਆ ਹੈ। ਗੋਲੀਬਾਰੀ ਕਰਨ ਵਾਲੇ ਗਨਮੈਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ ਅਤੇ ਉਸਦੀ ਮੌਤ ਹੋ ਗਈ। ਘਟਨਾ ਮਗਰੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਪਰਲ ਹਾਰਬਰ ਬੇਸ ਉਹ ਸਮੁੰਦਰੀ ਤੱਟ ਦੇ ਦੱਖਣੀ ਕੰਢੇ 'ਤੇ ਸਥਿਤ ਹੈ ਜਿੱਥੇ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੋਹਾਂ ਦੇ ਫੌਜੀ ਅੱਡੇ ਨੇ। ਪਰਲ ਬੰਦਰਗਾਹ ਹਵਾਈ ਟਾਪੂ ਵਿੱਚ ਹਾਨਲੂਲੂ ਤੋਂ 10 ਕਿਲੋਮੀਟਰ ਉੱਤਰੀ ਪੱਛਮੀ ਅਮਰੀਕਾ ਦੀ ਪ੍ਰਸਿੱਧ ਬੰਦਰਗਾਹ ਅਤੇ ਸਮੁੰਦਰੀ ਫੌਜ ਦਾ ਅੱਡਾ ਹੈ। ਇਸ ਬੰਦਰਗਾਹ 'ਤੇ 20 ਵਰਗ ਕਿਲੋਮੀਟਰ ਦੇ ਦਾਇਰੇ ਵਿੱਚ ਕਈ ਜਹਾਜ਼ਾਂ ਦੇ ਰੁਕਣ ਲਈ ਥਾਂ ਹੈ। ਦੱਸ ਦਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੇ ਵਾਸ਼ਿੰਗਟਨ DC, ਟੈਕਸਾਸ, ਓਹੀਓ ਅਤੇ ਫਲੋਰੀਡਾ ਸਣੇ ਕਈ ਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਅਤੇ ਇਹਨਾਂ ਹਮਲਿਆਂ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ ਹੈ। ਦੁਨੀਆ ਦੀ ਪਹਿਲੀ ਜ਼ਮੀਨ 'ਤੇ ਚੱਲਣ ਅਤੇ ਹਵਾ ਵਿੱਚ ਉੱਡਣ ਵਾਲੀ ਕਾਰ ਨੂੰ ਅਮਰੀਕਾ ਦੇ ਮਿਆਮੀ ਵਿੱਚ ਪੇਸ਼ ਕੀਤਾ ਗਿਆ। ਇਸ ਕਾਰ ਦੀ ਹਵਾ ਵਿੱਚ ਵੱਧ ਤੋਂ ਵੱਧ ਰਫ਼ਤਾਰ 321 ਅਤੇ ਜ਼ਮੀਨ 'ਤੇ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦਾ ਨਾਮ ਪਲਵੀ, ਮਤਲਬ ਕਿ ਪਾਇਓਨੀਅਰ ਪਰਸਨਲ ਏਅਰ ਲੈਂਡਿੰਗ ਵਹੀਕਲ। ਨੀਦਰਲੈਂਡ ਦੀ ਕੰਪਨੀ ਦੀ ਇਸ ਕਾਰ ਦੀ ਕੀਮਤ 4.29 ਕਰੋੜ ਰੁਪਏ ਰੱਖੀ ਗਈ ਹੈ ਅਤੇ ਇਸ ਦੀ ਡਿਲੀਵਰੀ 2021 ਤੋਂ ਸ਼ੁਰੂ ਹੋਵੇਗੀ। ਰਿਪੋਰਟ ਦੇ ਮੁਤਾਬਕ ਇਸ ਦਾ ਉਤਪਾਦਨ ਸ਼ੁਰੂ ਹੋ ਚੁੱਕਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 11,500 ਫੁੱਟ ਦੀ ਉਚਾਈ ਤੱਕ ਪਹੁੰਚ ਸਕਦੀ ਹੈ
ਅਤੇ ਇਸ ਵਿੱਚ 2 ਲੋਕ ਬੈਠ ਸਕਦੇ ਨੇ। ਇਸ ਕਾਰ ਨੂੰ ਉਡਾਨ ਭਰਨ ਦੇ ਲਈ 540 ਫੁੱਟ ਰਨਵੇ ਦੀ ਲੋੜ ਹੋਵੇਗੀ, ਜਦਕਿ ਸਿਰਫ 100 ਮੀਟਰ ਲੰਮੇ ਰਨਵੇ 'ਤੇ ਕਾਰ ਲੈਂਡ ਕੀਤੀ ਜਾ ਸਕਦੀ ਹੈ। ਪੰਜਾਬੀ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਹੋਣ, ਪਰਸਪਰ ਇਕੱਤਰਤਾ ਦੇ ਲਈ ਸਮੇਂ-ਸਮੇਂ ਤੇ ਵੱਖ-ਵੱਖ ਇਵੈਂਟਸ ਦਾ ਆਯੋਜਨ ਕਰਦੇ ਰਹਿੰਦੇ ਨੇ। ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ 7ਵੀਂ ਸਾਲਾਨਾ ਗਾਲਾ ਨਾਈਟ ਦਾ ਆਯੋਜਨ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਪੱਬਾ ਯਾਨੀ ਕਿ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਆਪਣੀ ਸਾਲਾਨਾ 7ਵੀਂ ਗਾਲਾ ਨਾਈਟ ਦਾ ਸਫਲ ਆਯੋਜਨ ਰਾਇਲ ਬੈਂਕੁਏਟ ਹਾਲ ਮਿਸੀਸਾਗਾ ਵਿਖੇ ਕੀਤਾ ਗਿਆ। ਇਸ ਗਾਲਾ ਨਾਈਟ ਵਿੱਚ ਹਰ ਸਾਲ ਦੀ ਤਰ੍ਹਾਂ ਟੋਰਾਂਟੋ ਏਰੀਆ ਦੇ 5 ਸਫਲ ਬਿਜ਼ਨਸਮੈਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਵਾਰ ਦੀ ਗਾਲਾ ਨਾਈਟ ਵਿੱਚ ਮਿਸ ਪੰਜਾਬਣ, ਮਿਸਿਸ ਪੰਜਾਬਣ ਅਤੇ ਮਿਸਟਰ ਪੰਜਾਬੀ ਮੁਕਾਬਲੇ ਵੀ ਰੱਖੇ ਗਏ ਸਨ, ਜਿੱਥੇ ਸਤਿਕਾਰਿਤ ਜੱਜਾਂ ਨੇ ਜੇਤੂਆਂ ਦੀ ਚੋਣ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ 'ਤੇ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਹੋਰ ਸਤਿਕਾਰਿਤ ਹਸਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮਿਊਨਿਟੀ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ ਦਾ ਇਹ ਇੱਕ ਵਧੀਆ ਉਪਰਾਲਾ ਹੈ। ਇਸ ਲਈ ਪੱਬਾ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਲੋਕੋ ਜਿੱਥੋਂ ਗੁੜਤੀ ਦੇ ਵਿੱਚ ਅਣਖ ਮਿਲੇ, ਜੋ ਧਰਤੀ ਹੈ ਕਿਰਸਾਨਾਂ ਦੀ, ਜਿੱਥੋਂ ਸਾਰੇ ਮੁਲਕ ਨੂੰ ਕਣਕ ਮਿਲੇ, ਮੇਰੀ ਅੱਖ ਵਿੱਚ ਸੁਰਮਾ ਸ਼ਰਮਾ ਦਾ ਤੇ ਸਿਰ ਤੇ ਚੁੰਨੀ ਇੱਜ਼ਤਾਂ ਦੀ, ਜਦ ਤੁਰਾਂ ਦਾ ਝਾਂਜਰ ਬੋਲ ਪਈ, ਇੱਕ ਲੋਕ ਗੀਤਾਂ ਜਿਹੀ ਛਣਕ ਮਿਲੇ, ਮੈਂ ਉਸ ਪੰਜਾਬ ਦੀ ਧੀ ਲੋਕੋ ਜਿੱਥੋਂ ਗੁੜਤੀ ਦੇ ਵਿੱਚ ਅਣਖ ਮਿਲੇ। ਮੈਂ ਤੁਹਾਡੇ ਸਾਹਮਣੇ ਇੱਕ ਗਾਣਾ ਪੇਸ਼ ਕਰੂੰਗੀ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ।
ਕਲਾਕਾਰ ਨੇ ਇਹ ਮੇਰਾ ਖਿਆਲ ਆਪਣੇ ਇਸ ਕਰਕੇ ਬਹੁਤ ਇੰਪੋਰਟੈਂਟ ਹੁੰਦੇ ਨੇ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਨੂੰ ਅਸੀਂ ਕਿਸ ਤਰੀਕੇ ਨਾਲ ਆਪਣੇ ਸੱਭਿਆਚਾਰ ਨਾਲ ਜੋੜਦੇ ਹਾਂ। ਇਸ ਵਾਰ ਅਸੀਂ ਗਾਲਾ ਨਾਈਟ ਜਿਹੜੀ ਆ 1 ਦਸੰਬਰ 2019 ਨੂੰ ਰੋਇਲ ਬੈਂਕਟ ਹਾਲ ਵਿੱਚ ਕਰਾ ਰਹੇ ਹੈਗੇ ਹਾਂ। ਇਸ ਤੋਂ ਪਹਿਲਾਂ ਅਸੀਂ 6 ਗਾਲਾ ਨਾਈਟਸ ਕਰਾ ਚੁੱਕੇ ਹੈਗੇ ਹਾਂ, ਇਹ 7ਵੀਂ ਆ। ਹਰੇਕ ਗਾਲਾ ਨਾਈਟ ਦੇ ਵਿੱਚ ਅਸੀਂ 5 ਬਿਜ਼ਨਸਮੈਨ ਨੂੰ ਅਸੀਂ ਸਨਮਾਨਿਤ ਕਰਦੇ ਹੈਗੇ ਹਾਂ। ਇਸ ਵਾਰੀ ਇੱਕ ਐਡ ਕੀਤਾ ਹੈਗਾ, ਅਸੀਂ ਮਿਸ ਪੰਜਾਬਣ ਅਤੇ ਮਿਸਟਰ ਗੱਭਰੂ ਦੇ ਵੀ ਮੁਕਾਬਲੇ ਕਰਾ ਰਹੇ ਹੈਗੇ ਹਾਂ। ਉਮੀਦ ਹੈਗੀ ਆ ਵੀ ਪਿਛਲੇ ਸਾਰੀਆਂ ਗਾਲਾ ਨਾਈਟ ਵਾਂਗੂ ਇਸ ਵਾਰ ਵੀ ਇਹ ਕਾਮਯਾਬ ਹੋਊ। ਅੱਜ ਆਇਆ ਇੱਥੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਉਹਦੇ ਵਿੱਚ ਸ਼ਾਮਿਲ ਹੋਣ ਲਈ, ਔਰ ਮੈਨੂੰ ਕਿਹਾ ਗਿਆ, ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜੇ ਇੱਥੇ ਮਿਸ ਪੰਜਾਬਨ ਅਤੇ ਮਿਸਟਰ ਪੰਜਾਬ ਦਾ ਜਿਹੜਾ ਕੰਪੀਟੀਸ਼ਨ ਹੋ ਰਿਹਾ ਹੈ ਉਹਦੇ ਵਿੱਚ ਜੱਜ ਦੀ ਭੂਮਿਕਾ ਨਿਭਾਵਾਂ। ਔਰ ਮੈਂ ਦੇਖ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਹੈ, ਮੈਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ 7 ਸਮੁੰਦਰੋਂ ਪਾਰ ਹਰ ਕਿਸਮ ਦੀਆਂ ਜਿਹੜੀਆਂ ਲਿਟਰੇਰੀ, ਕਲਚਰਲ, ਸੋਸ਼ਲ ਐਕਟੀਵਿਟੀਜ਼ ਲਗਾਤਾਰ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਐਸੋਸੀਏਸ਼ਨ ਜਦੋਂ ਵੀ ਇਹ ਕੰਮ ਕਰਦੀਆਂ ਨੇ, ਇਹਦੇ ਨਾਲ ਜਿਹੜੀ ਸਾਡੀ ਨਵੀਂ ਪੀੜ੍ਹੀ ਇੱਥੇ ਹੈ ਉਸਨੂੰ ਜਿੱਥੇ ਉਤਸ਼ਾਹ ਮਿਲਦਾ ਹੈ ਉੱਥੇ ਉਸਨੂੰ ਇੱਕ ਖਾਸ ਕਿਸਮ ਦੀ ਗਾਈਡੈਂਸ ਵੀ ਮਿਲਦੀ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਨੇ, ਬਲਕਿ ਚੰਗੀ ਪੱਧਰ 'ਤੇ ਇਹ ਪ੍ਰੋਗਰਾਮ ਹੋਣੇ ਚਾਹੀਦੇ ਨੇ। ਇਸੇ ਕਰਕੇ ਮੈਂ ਜਦੋਂ ਆਇਆ ਸੀ, ਮੈਂ ਪਹਿਲਾਂ ਵੈਨਕੂਵਰ 2-3 ਪ੍ਰੋਗਰਾਮ ਸੀ, ਔਰ ਉਸ ਤੋਂ ਬਾਅਦ ਕੈਲਗਰੀ, ਐਡਮਿੰਟਨ, ਅਤੇ ਕੁਛ ਦਿਨ ਲਈ ਮੈਂ ਟੋਰਾਂਟੋ ਰੱਖਿਆ। 3 ਪ੍ਰੋਗਰਾਮ ਸੀ ਮੇਰੇ ਟੋਰਾਂਟੋ। ਇਹ ਪ੍ਰੋਗਰਾਮ ਮੈਨੂੰ ਕਾਫੀ ਅੱਛਾ ਲੱਗ ਰਿਹਾ, ਔਰ ਮੈਂ ਸ਼ੁਭਕਾਮਨਾਵਾਂ ਭੇਟ ਕਰਦਾ ਇਸ ਪ੍ਰੋਗਰਾਮ ਲਈ। ਅਸੀਂ ਹਰੇਕ ਵਾਰੀ ਇਹਨਾਂ ਦੇ ਪੰਜਾਬੀ ਪ੍ਰੋਫੈਸ਼ਨਲ ਬਿਜ਼ਨਸ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਾਂ। ਸਾਡੀ ਜਿਹੜੀ ਸੰਸਥਾ ਉਹ ਹਰੇਕ ਇਹਨਾਂ ਦੇ ਕੰਮ ਦੇ ਵਿੱਚ ਬਰਾਬਰ ਦੀ ਪਾਰਟਨਰਸ਼ਿਪ ਦੇ ਵਿੱਚ ਹੀ ਅਸੀਂ ਕੰਮ ਕਰਦੇ ਹਾਂ। ਸੋ ਅੱਜ ਦੀ ਗਾਲਾ ਨਾਈਟ ਵਾਸਤੇ ਅਸੀਂ ਜਿਹੜੇ ਹੈਗੇ ਆ ਸਾਡੀ ਸੰਸਥਾ ਪੰਜਾਬੀ ਪ੍ਰੋਫੈਸ਼ਨਲ ਬਿਜ਼ਨਸ ਐਸੋਸੀਏਸ਼ਨ ਦੇ ਨਾਲ ਰਲ ਕੇ ਕੰਮ ਕਰ ਰਹੀ ਆ, ਅਤੇ ਉਹਦੇ 'ਚ ਜਿਵੇਂ ਗਾਲਾ ਨਾਈਟ ਹਰੇਕ ਸਾਲ ਅਸੀਂ ਕਰਾਉਂਦੇ ਹਾਂ, ਇਸ ਵਾਰੀ 6ਵੀਂ ਸਾਡੀ ਗਾਲਾ ਨਾਈਟ ਆ ਜੀ, ਜਿਹਦੇ 'ਚ ਐਤਕਿ ਮਿਸ ਪੰਜਾਬੀ ਦਾ ਕੰਪੀਟੀਸ਼ਨ ਵੀ ਅਸੀਂ ਕਰਵਾ ਰਹੇ ਹਾਂ ਮਿਸ ਪੰਜਾਬਣ। ਅਤੇ ਪਰਮਾਤਮਾ ਕਰੂਗਾ, ਇਹ ਬਹੁਤ ਵਧੀਆ ਕਾਮਯਾਬ ਆ। ਜਿਵੇਂ ਲੋਕ ਆ ਰਹੇ ਆ, ਹਾਲਾਂਕਿ ਵੈਦਰ ਖਰਾਬ ਹੋਣ ਦੇ ਨਾਲ ਥੋੜ੍ਹੀ ਜਿਹੀ ਦਿੱਕਤ ਆਈ, ਪਰ ਫਿਰ ਵੀ ਜਿਹੜਾ ਹੈਗਾ ਸਾਰੇ ਲੋਕ, ਲੇਟ ਚੱਲ ਰਿਹਾ ਪ੍ਰੋਗਰਾਮ, ਪਰ ਸਾਰੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ। ਇਸ ਵਾਰ ਅਸੀਂ 7ਵੀਂ ਗਾਲਾ ਨਾਈਟ ਦੇ ਨਾਲ ਬੱਚਿਆਂ ਦਾ ਅਤੇ ਅਡਲਟ ਦਾ ਜਿਹੜਾ ਬਿਊਟੀ ਮੁਕਾਬਲਾ ਕਰਾ ਰਹੇ ਹਾਂ, ਅਤੇ ਉਸ ਤੋਂ ਬਾਅਦ ਗਾਲਾ ਨਾਈਟ ਹੋਊਗਾ ਜਿਹਦੇ ਵਿੱਚ 5 ਬਿਜ਼ਨਸਮੈਨਾਂ ਨੂੰ ਸਪੋਂਸਰ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ। ਔਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹੁੰਮ ਹੁੰਮਾ ਕੇ ਪਹੁੰਚਣ ਔਰ ਇਸ ਪ੍ਰੋਗਰਾਮ ਦਾ ਜਿਹੜੀ ਰੌਣਕ ਨੂੰ ਵਧਾਉਣ। ਥੈਂਕ ਯੂ। ਅਸੀਂ ਅੱਜ ਜਿਹੜੀ ਗਾਲਾ ਨਾਈਟ ਕਰਾ ਰਹੇ ਹਾਂ 7ਵੀਂ ਗਾਲਾ ਨਾਈਟ ਹੈ, ਜਿਸ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਐਡ ਕੀਤਾ ਹੈ ਜਿਸ ਦੇ ਵਿੱਚ ਮਿਸ ਪੰਜਾਬਣ, ਮਿਸਟਰ ਪੰਜਾਬੀ ਅਤੇ ਸਾਰਿਆਂ ਨੂੰ ਹੀ ਅਸੀਂ ਮਾਣ ਸਨਮਾਨ ਦੇ ਰਹੇ ਹਾਂ, ਪੰਜਾਬੀ ਗੱਭਰੂ ਨੂੰ ਵੀ, ਅਤੇ ਨਾਲ ਦੀ ਨਾਲ 5 ਬਿਜ਼ਨਸਮੈਨ ਜਿਹੜੇ ਹਰ ਸਾਲ ਅਸੀਂ ਸਨਮਾਨਿਤ ਕਰਦੇ ਹਾਂ ਉਹਨਾਂ ਨੂੰ ਵੀ ਮਾਣ ਸਨਮਾਨ ਦਿੱਤਾ ਜਾਏਗਾ। ਔਰ ਅੱਜ ਦੀ ਜਿਹੜੀ ਇਹ ਗਾਲਾ ਨਾਈਟ ਹੋ ਰਹੀ ਹੈ, ਮੈਨੂੰ ਉਮੀਦ ਹੈ ਕਿ ਪਹਿਲੀਆਂ 6 ਗਾਲਾ ਨਾਈਟ ਦੀ ਤਰ੍ਹਾਂ ਇਹ ਵੀ ਭਰਪੂਰ ਸਫਲ ਰਹੇਗੀ। ਮੈਨੂੰ ਖੁਸ਼ੀ ਹੋਈ ਹੈ ਕਿ ਇਹ ਪ੍ਰੋਗਰਾਮ ਤੁਸੀਂ ਜਿਹੜਾ ਕਰਾਇਆ, ਇਹ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਕੈਨੇਡਾ, ਸਭ ਤੋਂ ਵਧੀਆ ਪ੍ਰੋਗਰਾਮ ਇਹ 1 ਨੰਬਰ 'ਤੇ ਜਾ ਰਿਹਾ, ਔਰ ਹੁਣ ਵੀ ਜਾਏਗਾ ਇਸ ਵਾਰ ਵੀ। ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਜਿਨ੍ਹਾਂ ਦੀ ਅਗਵਾਈ 'ਚ ਇਹ ਪ੍ਰੋਗਰਾਮ ਹੋ ਰਿਹਾ, ਸਰਦਾਰ ਅਜੈਬ ਸਿੰਘ ਜੀ ਚੱਠਾ ਜੀ ਜਿਨ੍ਹਾਂ ਦੀ ਇਹ ਪ੍ਰੋਗਰਾਮ ਇਹ ਕਰਵਾ ਰਹੇ ਆ, ਅਤੇ ਸਾਰੇ ਪੰਜਾਬੀ ਜੋ ਇੱਥੋਂ ਕੈਨੇਡਾ ਦੇ ਆ, ਬੜੀ ਖੁਸ਼ੀ ਦੀ ਗੱਲ ਹੈ ਔਰ ਬੜੀ ਮਾਣ ਦੀ ਗੱਲ ਹੈ ਵੀ ਜਿਹੜਾ ਇਹ ਪ੍ਰੋਗਰਾਮ ਅੱਜ ਅਸੀਂ ਇਹ ਦੇਖਣ ਜਾ ਰਹੇ ਹਾਂ, ਜਾਂ ਜਿਹੜੇ ਵੀ ਇਸ ਪ੍ਰੋਗਰਾਮ ਦੇ ਮੈਂਬਰ ਹੈ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵਧਾਈ ਹੈ, ਅਤੇ ਵਧਾਈ ਉਹਨਾਂ ਨੂੰ ਹੀ ਹੋਏਗੀ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਦੇਖਣਾ। ਇਹ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ। ਅੱਜ ਅਸੀਂ ਗਾਲਾ ਨਾਈਟ ਜਿਹੜੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਓਨਟਾਰੀਓ ਫਰੈਂਡਸ ਕਲੱਬ
ਅਤੇ ਕੋਹ ਵੱਲੋਂ ਮਨਾਈ ਜਾ ਰਹੀ ਆ, ਉਹਦੇ ਵਿੱਚ ਸਾਰੇ ਸ਼ਾਮਿਲ ਹੋਏ ਹਾਂ। ਸਭ ਨੂੰ ਵਧਾਈਆਂ, ਔਰ ਜਿਹੜੇ ਪਾਰਟੀਸਪੈਂਟਸ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਹਿੱਸਾ ਲੈ ਰਹੇ ਆ, ਉਹਨਾਂ ਨੂੰ ਵੀ ਗੁੱਡ ਲੱਕ ਹੈ। ਔਰ ਸਾਰੇ ਸ਼ਾਮਿਲ ਹੋਏ ਨੇ, ਔਰ ਅਜਾਇਬ ਸਿੰਘ ਚੱਠਾ ਜਿਹੜੇ ਇਹਦੇ ਚੇਅਰਮੈਨ ਨੇ, ਬਹੁਤ ਅੱਛਾ ਉਹ ਸਾਰੇ ਸਹਿਯੋਗ ਦੇ ਰਹੇ ਨੇ। ਥੈਂਕ ਯੂ। ਪੰਜਾਬੀ ਪ੍ਰੋਫੈਸ਼ਨਲ ਬਿਜ਼ਨਸ ਐਸੋਸੀਏਸ਼ਨ ਵੱਲੋਂ ਗਾਲਾ ਨਾਈਟ ਹੁਣ ਜਾ ਰਹੀ ਹੈ, ਜਿਹੜੀ ਕਿ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਕਰਾਉਂਦੇ ਆ ਰਹੇ ਹਾਂ। ਇਹਦੇ ਵਿੱਚ ਬਹੁਤ ਵਿਲੱਖਣ ਸ਼ਖਸੀਅਤਾਂ, ਜੋ ਕਿ ਆਪਣੀ ਕਮਿਊਨਿਟੀ ਦਾ ਮਾਣ ਹੈ, ਅਸੀਂ 5 ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ, ਜਿਹੜੇ ਕਿ ਆਪਣੀ ਕਮਿਊਨਿਟੀ ਨੂੰ ਬਹੁਤ ਸਾਰੇ ਸਰਵਿਸਿਜ਼ ਦੇ ਰਹੇ ਹਨ। ਉਸ ਤੋਂ ਬਾਅਦ ਦੇ ਵਿੱਚ ਇੱਥੇ ਅੱਜ ਬੱਚਿਆਂ ਦੇ ਮਿਸ ਪੰਜਾਬਣ, ਮਿਸਿਜ਼ ਪੰਜਾਬਣ, ਮਿਸਟਰ ਪੰਜਾਬਣ, ਮਾਸਟਰ ਪੰਜਾਬੀ, ਇਹ ਸਾਰੇ ਪ੍ਰੋਗਰਾਮ ਹੋ ਰਹੇ ਆ। ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਇਸ ਪ੍ਰੋਗਰਾਮ 'ਚ ਭਾਗ ਲੈਣਗੇ, ਉਹਨਾਂ ਨੂੰ ਕਾਫੀ ਸਾਰੀ ਆਪਣੇ ਮਨ ਨੂੰ ਤਸੱਲੀ ਮਿਲੂਗੀ ਕਿ ਉਹ ਪੰਜਾਬੀਅਤ ਲਈ ਬਹੁਤ ਕੁਛ ਕਰ ਰਹੇ ਹਨ। ਤੁਹਾਡਾ ਸਾਰਾ ਹੀ ਟੀ ਵੀ 'ਤੇ ਆਉਣ ਦਾ, ਚਮਕੌਰ ਜੀ ਸਰ ਖਾਸ ਕਰਕੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਜਿਹੜੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਗਾਲਾ ਨਾਈਟ ਕੀਤੀ ਜਾ ਰਹੀ ਆ, 7ਵੀਂ ਗਾਲਾ ਨਾਈਟ, ਇਹਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਹਾਜ਼ਰ ਹੋਇਆ। ਬੜੀ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਹੁੰਦੀ ਹੈ। ਹਰ ਸਾਲ 5 ਬਿਜ਼ਨਸਮੈਨਾਂ ਨੂੰ ਇਹ ਸਨਮਾਨਿਤ ਕਰਦੇ ਆ, ਔਰ ਇਸ ਵਾਰੀ ਇੱਕ ਨਵੀਂ ਇਵੈਂਟ ਸ਼ੁਰੂ ਕਰ ਰਿਹਾ ਆ, ਮਿਸ ਪੰਜਾਬਣ ਅਤੇ ਮਿਸ ਪੰਜਾਬ ਮਿਸਟਰ ਪੰਜਾਬ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਵਧਾਈਆਂ ਦਿੰਦਾ, ਔਰ ਇਹ ਕਾਮਨਾ ਕਰਦਾ ਕਿ ਇਹ ਐਸੋਸੀਏਸ਼ਨ ਇਸੇ ਢੰਗ ਨਾਲ ਚੜ੍ਹਦੀ ਕਲਾ ਵਿੱਚ ਆਪਣਾ ਪ੍ਰੋਗਰਾਮ ਦਿੰਦੇ ਰਹਿਣ। ਅੱਜ ਅਸੀਂ ਇੱਥੇ ਜਿਹੜੀ ਆ ਐਨੂਅਲ ਗਾਲਾ ਨਾਈਟ ਮਨਾ ਰਹੇ ਹਾਂ, ਜਿਹੜੇ ਕਿ ਪੁੱਬਪਾ ਵੱਲੋਂ ਮਨਾਈ ਜਾਂਦੀ ਹੈ ਜੀ। ਇਹਦੇ ਵਿੱਚ ਇੱਕ ਬਹੁਤ ਹੀ ਵਧੀਆ ਗੱਲ, ਬਿਹਤਰੀਨ ਇਹ ਹੁੰਦੀ ਆ ਕਿ ਜਿਹੜੇ ਇੱਥੇ GTA ਦੇ ਏਰੀਏ 'ਚੋਂ, ਜਿਹੜੇ ਸਰਾਊਂਡਿੰਗ ਏਰੀਏ 'ਚੋਂ ਬਹੁਤ ਵਧੀਆ ਬਿਜ਼ਨਸ ਦੇ ਵਿੱਚ ਜਿਨ੍ਹਾਂ ਨੇ ਮੱਲਾਂ ਮਾਰੀਆਂ ਹੁੰਦੀਆਂ, ਉਹਨਾਂ ਨੂੰ 5 ਸ਼ਖਸੀਅਤਾਂ ਨੂੰ ਹਰ ਸਾਲ ਪੁੱਬਪਾ ਵੱਲੋਂ ਇੱਥੇ ਸਨਮਾਨਿਤ ਕੀਤਾ ਜਾਂਦਾ ਜੀ। ਸੋ ਇਸ ਵਾਰਾਂ ਇੱਕ ਵਿਲੱਖਣ ਕੰਮ ਵੀ ਕੀਤਾ ਜਾ ਰਿਹਾ, ਅਤੇ ਇਹਦੇ ਵਿੱਚ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ, ਅਤੇ ਛੋਟੇ ਬੱਚੇ ਜਿਹੜੇ ਹੈਗੇ, ਜਿੱਦਾਂ ਲੜਕੀਆਂ ਮਿੰਨੀ ਪੰਜਾਬਣ, ਮਿਸ ਪੰਜਾਬਣ, ਮਿਸਿਜ਼ ਪੰਜਾਬਣ, ਇਸੇ ਤਰ੍ਹਾਂ ਹੀ ਛੋਟੇ ਬੱਚਿਆਂ ਤੋਂ ਛੋਟਾ ਜੂਨੀਅਰ ਪੰਜਾਬੀ ਔਰ ਮਿਸਟਰ ਪੰਜਾਬ, ਅਤੇ ਜਿਹੜੇ ਵੱਡਿਆਂ 'ਚੋਂ ਲਏ ਜਾ ਰਹੇ, 3 ਕੈਟੇਗਰੀ ਬਣਾਈਆਂ ਜਾ ਰਹੀਆਂ। ਅਤੇ ਇਸ ਕਰਕੇ ਇਹ ਥੋੜ੍ਹੀ ਜਿਹਾ ਬੱਚਿਆਂ ਨੂੰ ਵੀ ਨਾਲ ਜੋੜਨ ਦਾ ਉਪਰਾਲਾ ਹੈ, ਜਿੱਥੇ ਵਧੀਆ ਬਿਜ਼ਨਸਮੈਨਾਂ ਨੂੰ ਵੀ ਸਨਮਾਨਿਤ ਕਰਦੇ ਨੇ, ਜਿਹੜੇ ਹੋਰ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਉਤਸ਼ਾਹਿਤ ਮਿਲਦਾ, ਅਤੇ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਵੀ ਨਾਲ ਹੁੰਦਾ। ਬਹੁਤ ਹੀ ਵਧੀਆ ਇਹੋ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਹੈ, ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਬਹੁਤ ਹੀ ਇਹ ਜਿਹੜਾ ਵਧੀਆ ਤਰੀਕਾ ਹੈਗਾ ਜੀ। ਸੋ ਸਾਰੇ ਵੱਧ ਚੜ੍ਹ ਕੇ ਆਉਂਦੇ ਨੇ ਜੀ, ਜਾਗੋ ਵੀ ਹੁੰਦੀ ਆ, ਅਤੇ ਇੱਥੇ ਕਵਿਤਾ ਗੀਤ ਸਾਰਾ ਕੁਛ ਹੁੰਦਾ ਜੀ, ਅਤੇ ਬੜੀ ਵਧੀਆ ਗਾਲਾ ਨਾਈਟ ਕੋ ਨਿਬਰਦੀ ਆ। ਅਤੇ ਚਮਕੌਰ ਸਿੰਘ ਜੀ, ਤੁਹਾਡਾ ਤਹਿ ਦਿਲ ਤੋਂ ਧੰਨਵਾਦ, ਮੀਡੀਏ ਦਾ ਸਾਰੇ ਦਾ ਧੰਨਵਾਦ ਜਿਹੜੇ ਆ ਕੇ ਕਵਰੇਜ ਕਰਦੇ ਹੋ ਇੱਦਾਂ ਦੇ ਵੈਦਰ ਵਿੱਚ ਵੀ, ਅਤੇ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਜੀ। ਅੱਜ ਇੱਥੇ ਪਾਬਾ ਵੱਲੋਂ ਜਿਹੜਾ ਇੱਕ ਗਾਲਾ ਨਾਈਟ ਕਰਵਾਈ ਜਾ ਰਹੀ ਹੈ, ਜਿਸ ਜੋ ਕਿ 6 ਵਾਰ ਕਰਵਾ ਚੁੱਕੇ ਨੇ, ਇਹ 7ਵੀਂ ਵਾਰ ਕਰਵਾ ਰਹੇ ਨੇ, ਜਿਸ ਵਿੱਚ ਕਿ ਇਹ ਮਿਸ ਪੰਜਾਬਣ, ਮਿਸਿਜ਼ ਪੰਜਾਬਣ, ਮਿਸਟਰ ਪੰਜਾਬ ਅਤੇ ਗੱਭਰੂ ਪੰਜਾਬੀ ਦਾ ਵੀ ਮੁਕਾਬਲਾ ਕਰਵਾ ਰਹੇ ਨੇ। ਸਾਰੇ ਹੀ ਸੱਜ ਸੱਜ ਕੇ ਇੱਥੇ ਪਹੁੰਚ ਚੁੱਕੇ ਨੇ, ਜਿਸ ਵਿੱਚ ਕਿ ਮੈਂ ਐਜ਼ ਆ ਜੱਜ ਇੱਥੇ ਭੂਮਿਕਾ ਨਿਭਾ ਰਹੀ ਹਾਂ, ਜੋ ਕਿ ਮੈਨੂੰ ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਕੈਨੇਡਾ ਪਹੁੰਚੇ ਹੋਏ ਮੇਰਾ ਇਹ ਚੌਥਾ ਹੀ ਮਹੀਨਾ ਹੈ, ਔਰ ਇੰਨੇ ਥੋੜ੍ਹੇ ਸਮੇਂ ਵਿੱਚ ਮੈਨੂੰ ਇੰਨਾ ਵੱਡਾ ਪਲੇਟਫਾਰਮ ਮਿਲਿਆ, ਇਸ ਲਈ ਮੈਂ ਬਹੁਤ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਔਰ ਮੈਂ ਬਹੁਤ ਖੁਸ਼ ਹਾਂ। ਧੰਨਵਾਦ। ਕਵੀ ਦਰਬਾਰ ਸੀ ਇੱਥੇ, ਉਹਨੂੰ ਅਟੈਂਡ ਕਰਨੀ, ਅਤੇ ਇੱਥੇ ਮੈਂ ਇਨਵਾਈਟਿਡ ਹਾਂ, ਇੱਥੇ ਐਜ਼ ਜੱਜ ਇਨਵਾਈਟਿਡ ਹਾਂ ਇਸ ਕੰਪੀਟੀਸ਼ਨ ਦੇ ਵਿੱਚ। ਮੈਨੂੰ ਚੰਗਾ ਲੱਗਦਾ ਕਿ ਪੰਜਾਬ, ਪੰਜਾਬੀਅਤ ਨੂੰ ਕੈਨੇਡਾ ਦੇ ਵਿੱਚ ਇੰਨੀ ਖੂਬਸੂਰਤੀ ਨਾਲ ਨਿਖਾਰਿਆ ਜਾ ਰਿਹਾ, ਸਾਹਿਤ ਨੂੰ, ਸ਼ਾਇਰੀ ਨੂੰ, ਸੰਗੀਤ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਜਿੱਥੇ ਜਗ੍ਹਾ ਦਿੱਤੀ ਜਾ ਰਹੀ ਹੈ, ਉਸ ਨੂੰ ਮਾਣ ਬਖਸ਼ਿਆ ਜਾ ਰਿਹਾ। ਤੋ ਮੈਂ ਇੱਥੇ ਆ ਕੇ ਬਹੁਤ ਆਪਣੇ ਆਪ ਨੂੰ ਭਾਗਾਂ ਵਾਲੀ ਮਹਿਸੂਸ ਕਰਦੀ। ਉਹ ਸਪੈਸ਼ਲ ਇੰਡੀਆ ਤੋਂ ਇਸ ਪ੍ਰੋਗਰਾਮ ਦੇ ਵਿੱਚ ਜੱਜਮੈਂਟ ਕਰਨ ਲਈ ਆਈ ਹਾਂ, ਇਹਨਾਂ ਦੀ 7ਵੀਂ ਗਾਲਾ ਨਾਈਟ ਹੈ, ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਮੈਂ ਬਹੁਤ ਖੁਸ਼ ਹਾਂ, ਅਤੇ ਇੱਥੇ ਬਹੁਤ ਇਕੱਠ ਹੋ ਚੁੱਕਿਆ। ਇਸ ਪ੍ਰੋਗਰਾਮ ਦੇ ਵਿੱਚ ਮਿਸ ਪੰਜਾਬਣ, ਮਿਸਟਰ ਪੰਜਾਬੀ ਐਂਡ ਜੂਨੀਅਰ ਬੱਚਿਆਂ ਦਾ ਵੀ ਪ੍ਰੋਗਰਾਮ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਹੈਗਾ ਜੀ ਬਲਜੀਤ ਸਿੰਘ, ਦਾਸ ਡੈਲਸ ਟੈਕਸਸ ਤੋਂ ਆਇਆ ਹੈਗਾ ਇੱਥੇ, ਖਾਸ ਕਰ ਪੱਬਾ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਇਹ ਇਵੈਂਟ ਨੂੰ, ਗੈਲਾ ਨਾਈਟ ਨੂੰ ਅਟੈਂਡ ਕਰਨ ਲਈ। ਮੈਂ ਸਾਰਿਆਂ ਦਰਸ਼ਕਾਂ ਨੂੰ ਪਲੱਸ ਪੱਬਾ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਇਹ ਜਿਹੜਾ ਇਵੈਂਟ ਔਰਗਨਾਈਜ਼ ਕੀਤਾ ਹੈਗਾ ਇਹਨਾਂ ਨੇ, ਇੱਕ ਪੂਰੀ ਕਮਿਊਨਿਟੀ ਨੂੰ ਜੋੜਿਆ ਹੈਗਾ, ਪੰਜਾਬੀਅਤ ਨੂੰ ਮੋਹਰੇ ਰੱਖ ਕੇ ਪੰਜਾਬੀਅਤ ਨੂੰ, ਇੱਕ ਪੰਜਾਬੀਅਤ ਮਨਾਈ ਜਾ ਰਹੀ ਹੈ ਅੱਜ, ਤਾਂ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ। ਅੱਜ ਦੀਆਂ ਨੌਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨੇ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।